ਬਰੇਟਾ ਕੈਂਚੀਆਂ ਵਿਖੇ ਬਣ ਰਹੇ ਨੈਸ਼ਨਲ ਹਾਈਵੇ ਨੰਬਰ 148 ਬੀ ਓਵਰ ਬ੍ਰਿਜ ਦੇ ਬਣਨ ਨਾਲ ਦੋਵੇਂ ਪਾਸੇ ਦੇ ਪ੍ਰਭਾਵਿਤ ਦੁਕਾਨਦਾਰਾਂ ਵੱਲੋਂ ਇੱਕ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਵੱਲੋਂ ਜੋ ਮੁਆਵਜ਼ਾ ਦਿੱਤਾ ਜਾਵੇਗਾ ਉਹ ਅਸਲ ਮਾਲਕ ਦੀ ਸ਼ਨਾਖਤ ਕਰਕੇ ਦਿੱਤਾ ਜਾਵੇ। ਜੋ ਗਰੀਬ ਪਰਿਵਾਰ ਉਜਾੜੇ ਵਿੱਚ ਆ ਗਏ ਹਨ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਜੋ ਅੱਜ ਸੰਘਰਸ਼ ਕਮੇਟੀ ਵੱਲੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ, ਕਮਿਊਨਿਸਟ ਪਾਰਟੀ ਵੱਲੋਂ ਅਸੀਂ ਇਹਨਾਂ ਦੀ ਪੂਰਨ ਹਮਾਇਤ ਕਰਦੇ ਹਾਂ। ਅਸੀਂ ਸੜਕ ਬਣਾਉਣ ਦੇ ਖਿਲਾਫ ਨਹੀਂ ਹੈਗੇ, ਸੜਕ ਬਣਨੀ ਚਾਹੀਦੀ ਹੈ, ਪਰ ਜੋ ਪ੍ਰਭਾਵਿਤ ਉੱਥੋਂ ਦੁਕਾਨਦਾਰ ਨੇ ਜਾਂ ਮਜ਼ਦੂਰ ਨੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਰਿਕਵਾਇਰ ਕੀਤੀ ਜਾਵੇ, ਔਰ ਜਿਹੜੇ ਮਜ਼ਦੂਰ ਅਤੇ ਦੁਕਾਨਦਾਰ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਨਾ ਕੋਈ ਰੁਜ਼ਗਾਰ ਦਾ ਸਾਧਨ ਬਣਾਇਆ ਜਾਵੇ, ਜਿਵੇਂ ਗੋਬਿੰਦਪੁਰੇ ਦੇ ਆਧਾਰ 'ਤੇ ਵੀ ਇਹਨਾਂ ਦੇ ਬੱਚਿਆਂ ਨੂੰ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ, ਔਰ ਕਮੇਟੀ ਬਣਾ ਕੇ ਉਹਨਾਂ ਪ੍ਰਭਾਵਿਤ ਦੁਕਾਨਦਾਰਾਂ ਦੀ ਸ਼ਨਾਖਤ ਕੀਤੀ ਜਾਵੇ ਵੀ ਜਿਹੜਾ ਕਿੰਨੇ ਪ੍ਰਭਾਵਿਤ ਹੈ ਉਸ ਹਿਸਾਬ ਨਾਲ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਇਹ ਜਿਹੜਾ ਧਰਨਾ ਤੁਹਾਡਾ ਲੜੀਵਾਰ ਰੱਖਿਆ, ਕੀ ਮੁੱਖ ਮੰਗਾਂ ਨੇ ਤੁਹਾਡੀਆਂ? ਸਾਡੇ ਵੱਲੋਂ ਜੀ ਜਿਹੜਾ ਇਹ ਅੱਜ ਲੜੀਵਾਰ ਭੁੱਖ ਹੜਤਾਲ ਕੀਤੀ ਹੈ, ਇਹ ਨੈਸ਼ਨਲ ਹਾਈਵੇ 148 ਵੀ ਬਣਾਈ ਜਾ ਰਹੀ ਹੈ, ਉਹਦੇ ਲਈ ਬਰੇਟੇ ਕੈਂਚੀਆਂ 'ਤੇ ਇੱਕ ਓਵਰ ਬ੍ਰਿਜ ਬਣਾਇਆ ਜਾ ਰਿਹਾ, ਜਿਹਦੇ ਲਈ ਸਾਡੀਆਂ ਜ਼ਮੀਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਨੇ। ਜਿਹੜੀ ਸਾਡੀ ਪਹਿਲੀ ਮੰਗ ਹੈ ਕਿ ਇਹ ਪੁਲ ਜ਼ਿਆਦਾ ਬਣੇ ਨਾ, ਕਿਉਂਕਿ ਇਹਦੇ ਨਾਲ ਪੂਰੀ ਮਾਰਕੀਟ ਖਤਮ ਹੁੰਦੀ ਹੈ, ਜਾਂ ਬਣੇ ਤਾਂ ਪਿੰਦਰਾਂ 'ਤੇ ਬਣੇ। ਜਿਹੜੀ ਦੂਸਰੀ ਸਾਡੀ ਮੰਗ ਹੈ ਉਹ ਇਹ ਹੈ ਕਿ ਜਿਹੜੀ ਆ ਮੁਆਵਜ਼ਾ ਦੇਣਾ ਉਹਦੇ ਵਾਸਤੇ ਪਹਿਲਾਂ ਜਿਹੜੇ ਅਸਲ ਮਾਲਕ ਅਤੇ ਕਾਰਨ ਨੇ ਜ਼ਮੀਨ ਦੇ, ਜਿਹਨਾਂ ਦੀ ਜ਼ਮੀਨ ਅਕੁਆਇਰ ਹੋਣੀ ਹੈ, ਉਹਨਾਂ ਦੀ ਸ਼ਨਾਖਤ ਕੀਤੀ ਜਾਵੇ, ਅਤੇ ਜਿਹੜੇ ਸਹੀ ਅਸਲ ਮਾਲਕ ਅਤੇ ਕਾਬਜ਼ ਨੇ ਉਹਨਾਂ ਨੂੰ ਹੀ ਮੁਆਵਜ਼ਾ ਦਿੱਤਾ ਜਾਵੇ। ਇਹ ਸਾਡੀਆਂ, ਅਤੇ ਤੀਜੀ ਜਿਹੜੀ ਮੰਗ ਹੈ ਕਿ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਹੈ ਉਹ ਮਾਰਕੀਟ ਰੇਟ ਤੋਂ 7 ਗੁਣਾ ਦਿੱਤਾ ਜਾਵੇ। ਇਹ 3 ਮੁੱਖ ਮੰਗਾਂ ਨੇ ਜਿਨ੍ਹਾਂ ਦੇ ਲਈ ਅਸੀਂ ਅੱਜ ਤੋਂ ਲਗਾਤਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਅਤੇ ਇਹ ਲਗਾਤਾਰ ਚੱਲਦੀ ਰਹੂਗੀ। ਜੇ ਪ੍ਰਸ਼ਾਸਨ ਦੇ ਕੰਮ 'ਤੇ ਕੋਈ ਜੂਨ ਨਹੀਂ ਸਰਕਦੀ ਤਾਂ ਸੰਘਰਸ਼ ਅਸੀਂ ਅੱਗੇ ਇਸ ਨੂੰ ਹੋਰ ਤਿੱਖਾ ਕਰਾਂਗੇ। ਹੁਣ ਸਰਕਾਰ ਵੱਲੋਂ ਤੁਹਾਨੂੰ ਕੀ ਜਿਹੜੇ ਦਲਾ ਰੱਖੀ? ਫਿਲਹਾਲ ਅਸੀਂ ਜਿਹੜੇ ਸਾਡੇ ਓਬਜੈਕਸ਼ਨ ਮੰਗੇ ਗਏ ਸੀਗੇ SDM ਨੇ ਬਿਨਾਂ ਕੋਈ ਸੁਣਵਾਈ ਕੀਤੇ ਤੋਂ, ਸਾਡੇ ਜਿਹੜੇ ਓਬਜੈਕਸ਼ਨ ਸੀ ਸਾਨੂੰ ਬਿਨਾਂ ਬੁਲਾਏ ਤੋਂ, ਬਿਨਾਂ ਕੋਈ ਸਾਡਾ ਰਿਸਪੋਂਸ ਜਾਣੇ ਤੋਂ ਉਹ ਓਬਜੈਕਸ਼ਨ ਸਾਡੇ ਰੱਦ ਕਰਤੇ। ਅਸੀਂ ਉਸਦੇ ਖਿਲਾਫ਼ ਹੀ ਇਹ ਅਗਲਾ ਐਕਸ਼ਨ ਨੂੰ ਲਿਖਿਆ, ਅਤੇ ਇਸ ਤੋਂ ਅੱਗੇ ਹੋਰ ਜਿਹੜਾ ਸੰਘਰਸ਼ ਹੈ ਇਹਨੂੰ ਤੇਜ਼ ਕੀਤਾ ਜਾਵੇ। ਹਾਂਜੀ, ਜਿਹੜਾ ਭੁੱਖ ਹੜਤਾਲ ਕੀਤੀ ਇਹਨਾਂ ਨੇ, ਕਿਹੜੀਆਂ ਜਿਹੜੇ ਜਥੇਬੰਦੀਆਂ ਤੁਸੀਂ ਨਾਲ ਲੈ ਕੇ ਇਹਨਾਂ ਦਾ ਸਮਰਥਨ? ਅੱਜ ਬਰੇਟਾ ਜਿਹੜੀ ਕੈਂਚੀਆਂ ਅਤੇ ਪ੍ਰਭਾਵਿਤ ਦੁਕਾਨਦਾਰ ਨੇ, ਜਿਹੜਾ ਨੈਸ਼ਨਲ ਹਾਈਵੇ ਦੀ ਪੁਲ ਬਣਾਇਆ ਜਾ ਰਿਹਾ, ਉਸ ਦੇ ਵਿੱਚ ਉਹਨਾਂ ਦੀਆਂ ਦੁਕਾਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਨੇ। ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਨੇ ਸੰਘਰਸ਼ ਕਮੇਟੀ ਬਣਾ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਅਤੇ ਸੰਘਰਸ਼ ਸ਼ੁਰੂ ਕੀਤਾ ਗਿਆ, ਕਿਉਂਕਿ ਜਿਹੜਾ ਜ਼ਮੀਨ ਅਕੁਆਇਰ ਕਰਨ ਦਾ ਅਮਲ ਹੈ ਉਹ ਪ੍ਰਸ਼ਾਸਨ ਵੱਲੋਂ ਇੱਕ ਤਰਫਾ ਤੌਰ 'ਤੇ ਸ਼ੁਰੂ ਕਰ ਦਿੱਤਾ ਗਿਆ। ਪ੍ਰਭਾਵਿਤ ਲੋਕਾਂ ਨੂੰ ਬਿਲਕੁਲ ਭਰੋਸੇ 'ਚ ਨਹੀਂ ਲਿਆ ਜਾ ਰਿਹਾ, ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ, ਉਹਨਾਂ ਦੇ ਜਿਹੜੇ ਓਬਜੈਕਸ਼ਨ ਜਾਂ ਇਤਰਾਜ਼ ਮੰਗੇ ਗਏ ਸੀ ਉਹਨਾਂ ਨੂੰ ਇੱਕ ਤਰਫਾ ਤੌਰ 'ਤੇ ਰੱਦ ਕੀਤਾ ਗਿਆ। ਇਸ ਕਰਕੇ ਇਹਦੇ ਰੋਸ ਦੇ ਵਜੋਂ ਜਿਹੜੀ ਬਰੇਟਾ ਨਿਵਾਸੀਆਂ ਨੇ ਆਪਣਾ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਕਰ ਦਿੱਤਾ, ਅਤੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਹੈ ਕਿ ਜੇ ਲੋਕਾਂ ਦੀ ਗੱਲ ਸੁਣੇ ਤੋਂ ਬਿਨਾਂ, ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੇ ਤੋਂ ਬਿਨਾਂ, ਅਤੇ ਜਿਹੜੇ ਪ੍ਰਭਾਵਿਤ ਜਾਂ ਉਜਾੜੇ ਅਧੀਨ ਦੁਕਾਨਦਾਰ ਆਉਣਗੇ
ਉਹਨਾਂ ਦੀ ਪੂਰੀ ਹੱਕ ਰਸੀ ਤੋਂ ਬਿਨਾਂ ਜਬਰੀ ਜ਼ਮੀਨ ਅਕਵਾਇਰ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ 'ਤੇ ਤਿੱਖਾ ਕਰਕੇ ਪੂਰਾ ਬਰੇਟਾ ਇਲਾਕਾ ਹੈ ਜਿਹੜਾ ਉਹ ਪ੍ਰਸ਼ਾਸਨ ਦੇ ਖਿਲਾਫ਼ ਖੜੇਗਾ ਅਤੇ ਬਿਲਕੁਲ ਵੀ ਜਬਰੀ ਹੈ ਜਿਹੜੀ ਦੁਕਾਨਾਂ ਨੇ ਉਹ ਅਕਵਾਇਰ ਨਹੀਂ ਕੀਤੀਆਂ ਜਾ ਕਰਨ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਦੀ ਇਹ ਮੰਗ ਹੈ, ਪ੍ਰਭਾਵਿਤ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਨਾਂ ਦੀ ਇਹ ਮੰਗ ਹੈ ਕਿ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ, ਪੁਲ ਬਣਾਉਣ ਤੋਂ ਪਹਿਲਾਂ ਅਸਲ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸ਼ਨਾਖਤ ਕਰਕੇ ਕਿ ਕੌਣ ਕਿਤਨਾ ਪ੍ਰਭਾਵਿਤ ਹੈ, ਕਿੰਨਾ ਨੁਕਸਾਨ ਹੋ ਰਿਹਾ, ਭਰਪਾਈ ਕਿਵੇਂ ਕੀਤੀ ਜਾਊਗੀ, ਉਸ ਨੂੰ ਕਰਨ ਤੋਂ ਪਹਿਲਾਂ ਅਕਵਾਇਰ ਨਾ ਕੀਤੀ ਜਾਵੇ। ਜੇ ਜਬਰੀ ਅਕਵਾਇਰ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇ।